ਆਪਣੇ ਪੈਸੇ ਮੰਗਣ ਦੇ ਉੱਤੇ ਇੱਕ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਦੋ ਭਰਾ ਸੜਕ ਦੇ ਉੱਤੇ ਫਰੂਟ ਦੀ ਰੇੜੀ ਲਾਉਂਦੇ ਸੀ ਤੇ ਇਸੇ ਵਿਚਕਾਰ ਕੁਝ ਬਦਮਾਸ਼ ਜੋ ਨਸ਼ੇ ਦੀ ਹਾਲਤ ਦੇ ਵਿੱਚ ਸੀ ਉਹ ਫਰੂਟ ਲੈਂਦੇ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਦੋਵਾਂ ਭਰਾਵਾਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਗੁੱਸੇ ਦੇ ਵਿੱਚ ਆਏ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਤਾਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਤੇ ਬਹਿਸਬਾਜ਼ੀ ਇਸ ਕਦਰ ਵੱਧ ਜਾਂਦੀ ਹੈ ਕਿ ਦੋਵਾਂ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਇੱਕ ਭਰਾ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਦੂਸਰਾ ਗੰਭੀਰ ਹਾਲਤ ਦੇ ਵਿੱਚ ਉਸਨੂੰ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਆਪਣੇ ਹੀ ਪੈਸੇ ਮੰਗਣ ਤੇ ਇੱਕ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਜਦੋਂ ਇਹ ਦੋਵਾਂ ਦੇ ਵਿਚਕਾਰ ਲੜਾਈ ਹੋ ਰਹੀ ਸੀ ਤਾਂ ਉਸ ਦੌਰਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਭਰਾਵਾਂ ਨੂੰ ਕਿਵੇਂ ਬਦਮਾਸ਼ਾਂ ਦੇ ਵੱਲੋਂ ਕੁੱਟਿਆ ਜਾ ਰਿਹਾ ਤੇ ਫਿਰ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਇਸ ਘਟਨਾ ਨੂੰ ਅੰਜਾਮ ਦੇ ਕੇ ਸਾਰੇ ਹੀ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਇੱਕ ਭਰਾ ਦੀ ਦਰਦਨਾਕ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਘਰ ਦੇ ਵਿੱਚ ਇਕਲੌਤੇ ਪੁੱਤ ਸੀ ਇਹ ਕਮਾਉਣ ਵਾਲੇ, ਇੱਕ ਹਸਪਤਾਲ ਦੇ ਵਿੱਚ ਜ਼ਖਮੀ ਹੈ ਤੇ ਦੂਸਰੇ ਦੀ ਮੌਤ ਹੋ ਗਈ ਹੈ। ਰੋਂਦੇ ਹੋਏ ਪਿਤਾ ਦੇ ਵੱਲੋਂ ਵੀ ਹੁਣ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਤਾਂ ਬਰਨਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਆਪਣੇ ਹੀ ਪੈਸੇ ਮੰਗਣ ਦੇ ਉੱਤੇ ਇੱਕ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਗਗਨਦੀਪ ਸਿੰਘ। ਗਗਨ, ਕੀ ਗੱਲ ਹੋਈ, ਕਿੱਥੇ ਘਟਨਾ, ਕੀ ਗੱਲ ਹੋਈ ਸੀ? ਸਾਡੀ ਜੀ ਫਰੂਟ ਦੀ ਦੁਕਾਨ ਹੈ ਉੱਥੇ ਅੱਡੇ 'ਤੇ, ਉਹ ਮੁੰਡੇ ਕੋਈ ਨਸ਼ੇ ਦੀ ਹਾਲਤ 'ਚ ਸੀਗੇ, ਉਹ ਆ ਕੇ ਸਾਡੇ ਨਾਲ ਵੈਸਣ ਲੱਗ ਗਏ ਜੀ, ਸਮਾਨ ਸਮੂਨ ਲੈਂਦੇ ਵੈਸਣ ਲੱਗ ਗਏ ਅਤੇ ਉਹਨਾਂ ਨੇ ਕਿਰਚਾਂ ਕੱਢ ਕੇ ਸਾਡੇ 'ਤੇ ਹਮਲਾ ਕਰਤਾ ਜੀ। ਇੱਕ ਤਾਂ ਮੇਰੇ ਭਰਾ ਦੇ ਮਾਰੀਆਂ ਉਹਨਾਂ ਨੇ ਕਿਰਚਾਂ ਜੀ, ਅਤੇ ਮੇਰੇ ਮਾਰੀਆਂ, ਇੱਕ ਨਾਲ ਦਾ ਗੁਆਂਢੀ ਸੀਗਾ ਮੁੰਡਾ ਛੜਾ ਰਿਹਾ ਸੀ, ਉਹਦੇ ਮਾਰੀਆਂ ਜੀ ਉਹ ਮੁੰਡਿਆਂ ਨੇ। ਰੌਲਾ ਕਿਸ ਗੱਲ ਤੋਂ ਸ਼ੁਰੂ ਹੋਇਆ ਸੀ? ਇਹੀ ਫਰੂਟ ਲੈ ਰਹੇ ਸੀ ਉਹ, ਅਤੇ ਇਸ ਗੱਲ ਰੇਟ ਰੂਟ ਪਿੱਛੇ ਬਹਿਸਬਾਜ਼ੀ, ਨਸ਼ੇ ਦੀ ਨਸ਼ਾ ਕੀਤਾ ਹੋਇਆ ਸੀ ਜੀ ਉਹਨਾਂ ਨੇ ਵੱਧ। ਨਹੀਂ ਜਾਣਦੇ ਨਹੀਂ ਸੀ, ਨਾ ਜੀ ਨਾ ਦੇਖਿਆ ਵੀ ਨਹੀਂ ਜੀ ਕਦੇ, ਉਹ ਕਦੇ ਹੋਏ ਨਹੀਂ। ਇਹ ਤਾਂ ਬਸ ਪਤਾ ਹੀ ਨਹੀਂ ਉਹਨਾਂ ਨੂੰ, ਐਂ ਸਾਨੂੰ ਮਾਰਨ ਲੱਗ ਗਏ ਜਿਵੇਂ ਖੰਘਜਬਾਜ਼ੀ ਹੁੰਦੀ ਆ ਉਹਨਾਂ ਨਾਲ ਜੀ, ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ। ਉਹ ਹੀ ਬਹਿਸ ਰਿਹਾ, ਨਸ਼ਾ ਕੀਤਾ ਹੋਇਆ ਸੀ ਉਹਨਾਂ ਦਾ, ਰੇਟ ਪਿੱਛੇ ਵੈਸਣ ਵੁਸਣ ਲੱਗ ਗਏ। ਉਹ ਛੋਟਾ ਭਰਾ ਸੀਗਾ, ਅਸੀਂ ਭੱਜ ਲਏ ਜਦੋਂ ਕਿਰਚਾਂ ਮਾਰੀਆਂ ਉਹਨਾਂ ਨੇ, ਉਹ ਪਿੱਛੇ ਲਿਜਾ ਕੇ ਉਹਦੇ ਭਰਾ ਦੇ ਮੇਰੇ ਢਿੱਡ 'ਚ ਮਾਰੀਆਂ, ਮੇਰੇ ਵੀ ਦੋ ਤਿੰਨ ਥਾਂ ਮਾਰੀਆਂ ਜੀ, ਤਿੰਨੋਂ ਜ਼ਖਮੀ ਹੋ ਗਏ। ਹਾਂਜੀ ਤਿੰਨੋਂ। ਬਾਕੀ ਵੀ ਇੱਥੇ ਹਸਪਤਾਲ 'ਚ ਹੀ ਹੈ ਜੀ, ਭਰਾ ਦੀ ਮੇਰੇ ਡੈਥ ਹੋ ਗਈ ਜੀ। ਇਹ ਤਾਂ ਇਹ ਹੀ ਹੈ ਜੀ, ਇਨਸਾਫ ਸਾਨੂੰ ਦਿੱਤਾ ਜਾਵੇ ਕਾਨੂੰਨ ਕਰਨੀ ਜੀ, ਇਹੀ ਹੈ ਜੀ। ਸਰੂਪ ਦਾਸ ਮੇਰੇ ਬੇਟੇ ਦਾ ਨਾਮ, ਅਮਨਦੀਪ ਸਿੰਘ ਜੀ ਇੱਕ ਦਾ ਨਾਮ ਗਗਨਦੀਪ ਸਿੰਘ ਹੈ। ਭਰਾਵਲੀ ਦੁਕਾਨ 'ਤੇ ਕੰਮ ਕਰ ਰਹੇ ਸੀ ਜੀ, ਅਚਾਨਕ ਹੀ ਆ ਤਿੰਨ ਬੰਦੇ ਆਏ, ਆ ਕੇ ਉਹਨਾਂ ਨੇ ਕੋਈ ਸਮਾਨ ਸਮੂਨ ਲਿਆ ਹੋਊ ਜਾਂ ਕਿਵੇਂ, ਮਤਲਬ ਕਿ ਹਮਲਾ ਕਰਤਾ ਉਹਨਾਂ ਨੇ, ਕਿਰਚਾਂ ਮਾਰੀ ਜੀ। ਗੱਲ ਕੀ ਦੱਸੋ, ਵਜ੍ਹਾ ਕੀ ਪਤਾ ਲੱਗੇ? ਕੀ ਪਤਾ ਕੀ ਵਜ੍ਹਾ, ਫਲ ਫੁੱਲ ਲਿਆ ਹੋਊ ਜਾਂ ਮੈਨੂੰ ਪੱਕਾ ਪਤਾ ਨਹੀਂ ਹੈਗਾ। ਕੌਣ ਸੀ ਸ਼ਖਸ? ਪਤਾ ਨਹੀਂ ਜੀ ਕਿੱਥੋਂ ਦੀ, ਮੈਨੂੰ ਤਾਂ ਪਤਾ ਨਹੀਂ। ਕੀ ਇਨਸਾਫ ਚੱਲ ਰਿਹਾ? ਮੈਂ ਇਹ ਚਾਹੁੰਦਾ ਇਨਸਾਫ ਮਿਲਣਾ ਚਾਹੀਦਾ ਜੀ, ਠੀਕ ਹੈ ਨਾ ਜੀ।
ਕਾਤਲਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ, ਮੇਰੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਨਾਮ ਛੋਟਾ ਜੀ? ਮੇਰਾ ਨਾਮ ਕੁੱਕੂ ਆ ਜੀ। ਅਤੇ ਕੱਲ੍ਹ ਬੱਚੇ ਉੱਥੇ ਆਪਣੇ ਆਫ ਦੇ ਵਿੱਚ ਜਿੱਦ ਰਹੇ ਸੀ, ਅਣਪਛਾਤੇ ਬੰਦੇ ਆ ਕੇ ਉਹਨਾਂ ਨੇ ਆ ਕੇ ਵਿੱਚ ਉਹਨਾਂ ਦੀ ਕੋਈ ਕੋਸ਼ਿਸ਼ ਕਰੀ ਹੈ ਗੱਲ ਦੇ ਵਿੱਚ ਇੰਟਰਫੇਅਰ ਕਰਨ ਦੀ। ਉਦੋਂ ਬਾਅਦ ਇੱਕ ਬੰਦੇ ਨੇ ਹਵਾਲਾ ਦੇ ਕੇ ਇਹਨਾਂ ਬੱਚਿਆਂ ਦੇ ਗੱਲ ਨੂੰ ਪਵਾਏ ਆ ਬੱਚੇ, ਅਤੇ ਉਹ ਗੱਲ ਨੂੰ ਪੈਂਦੇ ਹੋਏ ਮਹਾਰਾਜ ਉਹਨਾਂ ਨੇ ਕਿਰਚ ਮਾਰੀ ਆ ਬੱਚੇ ਦੀ, ਅਤੇ ਜਿਹਦੀ ਉਹ ਰਾਤ ਨੂੰ 1-2 ਵਜੇ ਡੈਥ ਹੋ ਗਈ ਆ ਬੱਚੇ ਦੀ। ਲੈ ਕੇ ਅਸੀਂ ਪਹਿਲਾਂ ਬਰਨਾਲੇ ਆਏ ਹਾਂ ਸਿਵਲ ਹਸਪਤਾਲ ਦੇ ਵਿੱਚ, ਫਿਰ ਅਸੀਂ ਫਰੀਦਕੋਟ ਗਏ ਹਾਂ, ਫਰੀਦਕੋਟ ਤੋਂ ਸਾਨੂੰ ਫਿਰ ਰੈਫਰ ਕਰਤਾ, ਅਸੀਂ ਬਠਿੰਡੇ ਆਏ ਹਾਂ। ਜਿਹੜਾ ਹਸਪਤਾਲ ਬਣਿਆ ਪਿਆ ਨਵਾਂ ਲੱਭ ਵਾਲੀ ਰੋਡ 'ਤੇ, ਅਤੇ ਉੱਥੇ ਆਉਂਦੇ ਦੀ ਬੱਚੇ ਦੀ ਡੈਥ ਹੋ ਗਈ ਜੀ। ਸਾਨੂੰ ਇਨਸਾਫ ਚਾਹੀਦਾ ਜੀ, ਸਾਨੂੰ ਇਨਸਾਫ ਦਿੱਤਾ ਜਾਂਦਾ। ਅਤੇ ਕਾਹਦਾ ਕੰਮ ਕਰਦਾ ਸੀ? ਫਲ ਫਰੂਟ ਦੀ ਰੇਹੜੀ ਲਾਉਂਦਾ ਸੀਗਾ ਜੀ ਮੁੰਡਾ, ਰੋਜ਼ ਦੀ ਤਰ੍ਹਾਂ। ਅਤੇ ਇਸ ਸਮੇਂ ਵੀ ਸ਼ਾਮ ਦੇ ਨੂੰ ਉੱਥੇ ਗਿਆ ਗਾ ਦੁਕਾਨ 'ਤੇ ਜਦੋਂ, ਅਤੇ ਇਹ ਘਟਨਾ ਉਦੋਂ ਵਾਪਰੀ ਆ ਸ਼ਾਮ ਦਾ 5 ਵਜੇ ਦਾ ਟਾਈਮ ਸੀ, 5:30 ਦਾ ਜੀ। ਅਤੇ ਪ੍ਰਸ਼ਾਸਨ ਨੂੰ ਕੀ ਮੰਗ ਚਾਹੁੰਦੇ ਹੁਣ ਤੱਕ? ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ। ਇੱਥੇ ਤਪੇ ਚੌਂਕ ਦੇ ਵਿੱਚ ਦੋ ਭਰਾ ਫਲਾਂ ਦੀ ਰੇਹੜੀ ਲਾਉਂਦੇ, ਜਿਹਦਾ ਨਾਂ ਅਮਨਦੀਪ ਅਤੇ ਦੂਸਰਾ ਗਗਨਦੀਪ ਹੈ। ਇਹ ਦੋਨੇ ਉੱਥੇ ਰੋਜ਼ ਲਾਉਂਦੇ ਸੀ, ਅਤੇ ਇਹਨਾਂ ਦੇ ਨਾਲ ਹੀ ਕੋਈ ਇਹਨਾਂ ਦਾ ਕੋਈ ਜਾਣਕਾਰ ਬੰਦਾ ਜਿਹੜਾ ਬਾਣੀਆ ਰਾਮ ਹੈ, ਉਹ ਵੀ ਉੱਥੇ ਸੱਜੇ ਖੱਬੇ ਆਉਂਦਾ ਜਾਂਦਾ ਸੀਗਾ। ਹੁਣ ਉਹ ਕਹਿੰਦਾ ਵੀ ਮੈਂ ਕੱਲ੍ਹ 24 ਤਰੀਕ ਨੂੰ ਸ਼ਾਮੀ 6 ਵਜੇ ਮੈਂ ਆਪਣੇ ਫਲ ਲੈਣ ਆਇਆ, ਤਾਂ ਉੱਥੇ ਦੋ ਬੰਦੇ ਰੇਹੜੀ 'ਤੇ ਫਲ ਲੈ ਰਹੇ ਸੀਗੇ। ਮਤਲਬ ਉਹ ਦੋ ਬੰਦੇ ਜਿਹੜੇ ਅਨਨੋਨ ਸੀਗੇ, ਨਾਲ ਇੱਕ ਉਹਨਾਂ ਦੇ ਮੋਟਰਸਾਈਕਲ ਸੀ ਜਾਮਾ, ਅਤੇ ਉਹਨਾਂ ਨੇ ਮਤਲਬ ਉਹਨਾਂ ਕੋਲ ਫਲ ਲਏ, ਅਤੇ ਫਲ ਵਿੱਚ ਉਹ ਪੈਸਿਆਂ ਦੇ ਲੈਣ ਦੇਣ ਕਰਕੇ ਉਹਨਾਂ ਦੀ ਆਪਸ 'ਚ ਲੜਾਈ ਹੋ ਗਈ। ਜਦੋਂ ਉਹ ਲੜ ਰਹੇ ਸੀ ਤਾਂ ਉਹ ਮੁੰਡੇ ਨੇ ਪੱਗ ਪੁੱਗ ਦਾ ਲੈ ਗਈ ਜਿਵੇਂ, ਅਤੇ ਨਾਲ ਇੱਕ ਗੁਰਦਰਸ਼ਨ ਸਿੰਘ ਵਗੈਰਾ ਖੜ੍ਹਾ ਸੀਗਾ, ਜਿਹਦੀ ਵੀ ਇਹਨਾਂ ਨਾਲ ਮਾੜੀ ਮੋਟੀ ਲਾਗਡਾਟ ਦੱਸੀ ਹੈ ਬਿਆਨ ਵਿੱਚ ਵੀ ਸਾਡੇ ਨਾਲ ਲਾਗਡਾਟ ਹੈ, ਅਤੇ ਉਹ ਅੱਲਾਸ਼ਹਿਰੀ ਉਹਨੇ ਦਿੱਤੀ ਵੀ ਤੁਹਾਡੀ ਪੱਗ ਲਾ ਦਿੱਤੀ ਵਗੈਰਾ ਵਗੈਰਾ। ਤਾਂ ਉਹਨਾਂ ਨੇ ਤੈਅ ਚਾਹ ਕੇ ਇੱਕ ਤਾਂ ਕਿਰਚਾ ਨਾਲ ਵਾਰ ਕੀਤੇ ਅਮਨਦੀਪ ਦੇ, ਅਤੇ ਇਹ ਦੂਸਰੇ ਲੜਕੇ ਨੇ ਜੋ ਪੇਚਕਸ ਮਾਰ ਕੇ ਉਹ ਇਹਨਾਂ ਨੂੰ ਫੱਟੜ ਕਰਤਾ। ਇਹ 3 ਜਣੇ ਫੱਟੜ ਹੋਏ ਆ, ਇੱਕ ਤਾਂ ਬਾਣੀਆ ਰਾਮ ਜਿਹੜਾ ਛਡਾਉਣ ਵਾਲਾ ਮੁੰਡਾ ਸੀ ਉਹ, ਜਿਹਦੇ ਬਿਆਨ 'ਤੇ ਐੱਫ ਆਈ ਆਰ ਹੋ ਰਹੀ ਹੈ, ਦੋਵੇਂ ਭਰਾ ਉਹ ਅਮਨਦੀਪ ਅਤੇ ਗਗਨਦੀਪ। ਅਮਨਦੀਪ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ, ਉਹਨੂੰ ਏਮਸ 'ਚ ਰੈਫਰ ਕੀਤਾ ਗਿਆ, ਪਰ ਉਹ ਦੇਰ ਰਾਤ ਪਤਾ ਲੱਗਿਆ ਵੀ ਉਹਦਾ ਐਕਸਪਾਇਰ ਹੋ ਗਿਆ। ਇਹਦੇ ਵਿੱਚ ਜਿਹੜੇ ਬੰਦੇ ਸੀ ਉਹਨਾਂ ਦਾ ਨਾਮ ਪਤਾ ਕਰ ਲਿਆ ਗਿਆ ਸੀਗਾ, ਇੱਕ ਦਾ ਨਾਂ ਜਗਜੀਤ ਸਿੰਘ ਹੈ ਜੀਤ, ਅਤੇ ਦੂਸਰੇ ਦਾ ਨਾਮ ਕਰਨਵੀਰ। ਇਹ ਦੋਨੇ ਮੋਗੇ ਰਹਿਣ ਵਾਲੇ ਆ, ਅਤੇ ਸਾਡੀਆਂ ਟੀਮਾਂ ਗਈਆਂ ਹੋਈਆਂ, ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ, ਅਤੇ ਜੋ ਅੱਗੇ ਅਪਡੇਟ ਆਏਗੀ ਤਫਤੀਸ਼ 'ਚ ਤੁਹਾਨੂੰ ਦੱਸ ਦੇਵਾਂਗੇ। ਮਾਮਲਾ ਸਿਰਫ ਅਚਾਨਕ ਲੜਾਈ ਦਾ ਹੀ ਹੈ, ਕੋਈ ਜ਼ਿਆਦਾ ਉਹ ਨਹੀਂ ਸੀ, ਜਾਂ ਥੋੜ੍ਹਾ ਬਹੁਤ ਇੰਸਟੀਗੇਟ ਕਰਨ ਦਾ ਗੁਰਦਰਸ਼ਨ ਵੱਲੋਂ ਹੋਇਆ, ਅਤੇ ਲੜਾਈ ਵੱਧ ਗਈ, ਇਹ ਖਤਰਨਾਕ ਰੂਪ ਧਾਰ ਗਈ, ਵੀ ਕੋਈ ਬਹੁਤ ਜ਼ਿਆਦਾ ਪੁਰਾਣੀ ਰੰਜਿਸ਼ ਨਹੀਂ ਲੱਗਦੀ ਸੀ। ਉਹ ਇੱਕ ਤਾਂ ਮੇਰੇ ਖਿਆਲ ਤਪੇ ਹੋਸਪਿਟਲ 'ਚ ਹੈ ਜੀ, ਅਤੇ ਜਿਹੜਾ ਬਾਣੀਆ ਰਾਮ ਹੈ ਉਹ ਤਾਂ ਤੁਰਿਆ ਫਿਰਦਾ ਸੀ, ਉਹਨੇ ਬਿਆਨ ਲਿਖਾਇਆ ਐਸ ਐਚ ਓ ਕੋਲ। ਉਹਦੇ ਵਿੱਚ ਐੱਫ ਆਈ ਆਰ ਜਿਹੜੀ ਆ ਸੈਕਸ਼ਨ 103 ਉਬਲੀਕ 1, 118 ਉਬਲੀਕ 1, 3 ਦੀ ਸੈਕਸ਼ਨ 5, ਅਤੇ 115 ਦੀ 2 BNS ਪਰਚਾ ਦਰਜ ਕੀਤਾ ਗਿਆ।